ਯੂਥ ਦੇ ਵਿੱਚ ਨਾ ਅੱਜ ਕੱਲ ਇੱਕ ਬੜਾ ਕਾਮਨ ਸਵਾਲ ਆਉਂਦਾ ਹੈ ਵੀ ਬਾਈ ਜੀ ਪਤਾ ਨਹੀਂ ਲੱਗ ਰਿਹਾ ਕਰੀਏ ਕੀ ਮੈਨੂੰ ਸਮਝ ਨਹੀਂ ਆਉਂਦੀ ਮੇਰੀਆਂ ਪ੍ਰਾਇਰਟੀਜ਼ ਕੀ ਨੇ ਮੈਨੂੰ ਸਮਝ ਨਹੀਂ ਆਉਂਦਾ ਮੈਂ ਕਰਨਾ ਕੀ ਹੈ ਮੈਨੂੰ ਸਮਝ ਨਹੀਂ ਆਉਂਦਾ ਵੀ ਅੱਗੇ ਕੀ ਹੋਣਾ ਰਸਤਾ ਕਿੱਧਰ ਨੂੰ ਹੈ ਬਸ ਖਾਲੀ ਖਾਲੀ ਜਿਹਾ ਲੱਗ ਰਿਹਾ ਹੈ ਜੌਬ ਵੀ ਹੋ ਗਈ ਵੀਜ਼ਾ ਵੀ ਲੱਗ ਗਿਆ ਇਹ ਵੀ ਹੋ ਗਿਆ ਜੈਂ ਇੰਡੀਆ ਵੀ ਕਹਣਗੇ ਵੀ ਹੁਣ ਬੱਚੇ ਵੀ ਹੈਗੇ ਪਰਿਵਾਰ ਵੀ ਸਹੀ ਹੈ ਪਰ ਸਮਝ ਜਿਆ ਨਹੀਂ ਆਉਂਦਾ ਕੁਝ ਤੇ ਇਹਨਾਂ ਜਿਹੜੀਆਂ ਕਾਲਾਂ ਮੇਰੇ ਨਾਲ ਬੁੱਕ ਵੀ ਕਰਦੇ ਉਹਨਾਂ ਦੇ ਵਿੱਚ ਇਹ ਕਹਿੰਦੇ ਬਾਈ ਜੀ ਗੱਲ ਤੁਹਾਡੇ ਨਾਲ ਕਾਲ ਬੁੱਕ ਕਰ ਲਈ ਪਰ ਮੈਨੂੰ ਸਮਝ ਨਹੀਂ ਆਉਂਦਾ ਮੈਂ ਸ਼ੁਰੂ ਕਿੱ ਕਿਉਂਕਿ ਇੱਕ ਪਲ ਲੱਗਦਾ ਸਾਰਾ ਕੁਝ ਠੀਕ ਹੈ ਦੂਜੇ ਮਿੰਟ ਲੱਗਦਾ ਵੀ ਸਾਰਾ ਕੁਝ ਗਲਤ ਆ ਤਾਂ ਅੱਜ ਆਪਾਂ ਇਸੇ ਚੀਜ਼ ਬਾਰੇ ਗੱਲ ਕਰਨੀ ਆ ਵੀ ਜ਼ਿੰਦਗੀ ਦੇ ਵਿੱਚ ਤੁਹਾਡੇ ਲਈ ਇੰਪੋਰਟੈਂਟ ਕੀ ਹੈ ਇਹ ਤੁਹਾਨੂੰ ਪਤਾ ਕਿਵੇਂ ਲੱਗੂਗਾ ਵੀ ਮੇਰੇ ਲਈ ਇੰਪੋਰਟੈਂਟ ਕੀ ਆ ਦੇਖੋ ਐਜ਼ ਅ ਹਿਊਮਨ ਐਜ਼ ਅ ਨਾ ਇਨਸਾਨ ਤਾਂ ਇੰਪੋਰਟੈਂਟ ਆ ਰੱਬ ਦੇ ਨਾਲ ਮੇਲ ਤਾਂ ਜਨਮ ਜਨਮ ਦਾ ਚੱਕਰ ਕੱਟਣਾ ਉਹ ਇੱਕ ਆਤਮਿਕ ਤੇ ਧਾਰਮਿਕ ਤਰੀਕੇ ਨਾਲ ਜਿਹੜਾ ਉਹ ਵਿਸ਼ਾ ਪਰ ਦੁਨਿਆਵੀ ਚੀਜ਼ਾਂ ਦੇ ਵਿੱਚ ਵੀ ਮੇਰੇ ਲਈ ਕੀ ਇੰਪੋਰਟੈਂਟ ਹੈ ਕੀ ਨਹੀਂ ਆਪਾਂ ਉਸ ਪਾੜ ਤੇ ਚਰਚਾ ਕਰਨੀ ਆ ਸਭ ਤੋਂ ਪਹਿਲੀ ਗੱਲ ਹੈ ਵੀ ਛੋਟੀਆਂ ਚੀਜ਼ਾਂ ਦੀ ਪ੍ਰਾਇੋਰਟੀ ਉਹ ਬਦਲਦੀ ਰਹਿੰਦੀ ਹੈ ਕਿਸੇ ਟਾਈਮ ਤੇ ਘੁੰਮਣਾ ਇੰਪੋਰਟੈਂਟ ਸੀਗਾ ਕਿਸੇ ਟਾਈਮ ਤੇ ਪੈਸੇ ਜੋੜਨੇ ਕਿਸੇ ਟਾਈਮ ਤੇ ਪੜ੍ਹਨਾ ਹਨਾ ਕਿਸੇ ਟਾਈਮ ਤੇ ਜਵਾਕਾਂ ਨੂੰ ਪੜਾਉਣਾ ਤਾਂ ਛੋਟੀਆਂ ਪ੍ਰਾਇੋਰਟੀਆਂ ਜਿਹੜੀਆਂ ਉਹ ਬਦਲਦੀਆਂ ਰਹਿਣੀਆਂ ਨੇ ਪਰ ਇਹ ਬਦਲਦੀਆਂ ਪ੍ਰਾਇੋਰਟੀਆਂ ਦੇ ਵਿੱਚ ਅਪਦੇ ਆਪ ਨੂੰ ਅਪ ਟੂ ਡੇਟ ਕਿਵੇਂ ਰੱਖਿਆ ਜਾਵੇ ਤੇ ਪਤਾ ਕਿਵੇਂ ਲੱਗੇ ਵੀ ਮੌਜੂਦਾ ਟਾਈਮ ਦੇ ਵਿੱਚ ਮੇਰੀਆਂ ਪ੍ਰਾਇੋਰਟੀਆਂ ਕਿਹੜੀਆਂ ਨੇ ਇਸ ਲਈ ਇੱਕ ਤਾਂ ਸਿਸਟਮ ਹੈਗਾ ਵੀਲ ਆਫ ਲਾਈਫ ਵਾਲਾ ਹੈ ਨਾ ਉਹ ਵੀਲ ਆਫ ਲਾਈਫ ਤੁਸੀਂ ਯੂਜ਼ ਕਰ ਸਕਦੇ ਹੋ ਤੇ ਮੇਰੇ ਪੇਜ ਤੇ ਵੀ ਹੁੰਦਾ ਹਰ ਜਗ੍ਹਾ ਜਿੱਥੇ ਵੀ ਮੈਂ ਗੱਲ ਕਰਦਾ ਉਹਦੀ ਗੱਲ ਕਰਦਾ ਪਰ ਅੱਜ ਅਪਾ ਥੋੜਾ ਜਿਹਾ ਇੱਕ ਡਿਫਰੈਂਟ ਤਰੀਕੇ ਨਾਲ ਆਪਾਂ ਪੜਾਂਗੇ ਸਾਇਕ ਸੈਂਟਰਲ ਤੇ ਇੱਕ ਆਰਟੀਕਲ ਆਇਆ ਸੀ ਉਹ ਆਰਟੀਕਲ ਮੈਨੂੰ ਬਹੁਤ ਵਧੀਆ ਲੱਗੇ ਮੈਂ ਕਿਹਾ ਉਹ ਆਰਟੀਕਲ ਨੂੰ ਆਪਾਂ ਪੰਜਾਬੀ ਚ ਕਰਦੇ ਆਂ ਤੇ ਉਹ ਆਰਟੀਕਲ ਦੇ ਵਿੱਚੋਂ ਹੀ ਮੈਂ ਤੁਹਾਡੇ ਨਾਲ ਅੱਜ ਗੱਲਾਂ ਕਰ ਰਿਹਾ ਤਾਂ ਆਰਟੀਕਲ ਦੇ ਹਿਸਾਬ ਨਾਲ ਪਹਿਲੀ ਚੀਜ਼ ਉਹ ਇਹ ਕਹਿੰਦੇ ਨੇ ਵੀ ਰੈਂਕ ਦਾ मीनिंगफुल ਏਰੀਆਜ਼ ਆਫ ਯੂਅਰ ਲਾਈਫ ਜਿਹੜੇ ਤੁਹਾਡੇ ਸਭ ਤੋਂ ਇੰਪੋਰਟੈਂਟ ਏਰੀਆ ਨੇ ਜ਼ਿੰਦਗੀ ਦੇ ਉਹਨਾਂ ਨੂੰ ਰੈਂਕ ਕਰੋ ਮੈਂ ਕਹਿੰਦਾ ਉਹਨਾਂ ਦੀਆਂ ਟਾਪ 3 ਪ੍ਰਾਇਰੀਟੀਆਂ ਕਿਹੜੀਆਂ ਤੁਸੀਂ ਉਹਨਾਂ ਤੇ ਹੀ ਫੋਕਸ ਕਰ ਸਕਦੇ ਹੋ ਜੇ ਆਪਾਂ ਕੋਈ 20 ਚੀਜ਼ਾਂ ਤੇ ਫੋਕਸ ਕਰ ਲਾਂਗੇ ਨਾ ਫਿਰ ਇੱਕ ਤੇ ਵੀ ਨਹੀਂ ਹੁੰਦਾ ਹਨਾ ਤਾਂ ਉਹ ਕਹਿੰਦੇ ਹੁੰਦਾ ਵੀ ਬਹੁਤੇ ਘਰਾਂ ਦਾ ਪਰੌਣਾ ਭੁੱਖਾ ਰਹਿੰਦਾ ਉਵੇਂ ਹੀ ਫਿਰ ਬਹੁਤੀਆਂ ਪ੍ਰਾਇਰੀਟੀ ਵਾਲਾ ਬੰਦਾ ਵੀ ਨਾ ਕੁਝ ਨਹੀਂ ਅਸੀਂ ਵਗਾਰ ਪਾਉਂਦਾ ਤਾਂ ਸਭ ਤੋਂ ਪਹਿਲੀ ਚੀਜ਼ ਇਹ ਹੈ ਵੀ ਆਪਾਂ ਇਹ ਦੇਖਣਾ ਹੈ ਵੀ ਮੇਰੇ ਟਾਪ 4-5 ਚੀਜ਼ਾਂ ਕਿਹੜੀਆਂ ਨੇ ਉਹਨਾਂ ਦੇ ਵਿੱਚ ਉਹਨਾਂ ਐਗਜ਼ਾਮਪਲਾਂ ਕੁਝ ਹੈਗੀਆਂ ਜਿਵੇਂ ਕਿਸੇ ਲਈ ਫੈਮਿਲੀ ਇੰਪੋਰਟੈਂਟ ਹੈ ਕਿਸੇ ਲਈ ਫਰੈਂ ਕਿਸ ਲਈ ਹੈਲਥ ਐਂਡ ਫਿਟਨੈਸ ਕਿਸ ਲਈ ਸਪਿਰਚੁਅਲਿਟੀ ਪਰਸਨਲ ਗਰੋਥ professionl ਗਰੋਥ ਹਨਾ ਕ੍ਰੀਏਟੀਵਿਟੀ ਸਿਕਿਉਰਿਟੀ ਪਲੇਸ ਟੂ ਲਿਵ ਕਿਸ ਲਈ ਜਮਾ ਰੋਟੀ ਪਾਣੀ ਇੰਪੋਰਟੈਂਟ ਹੈ ਕਿਸ ਲਈ ਯੂਨੀਵਰਸਿਟੀ ਦੀ ਫੀਸ ਭਰਨੀ ਹੈ ਇੰਪੋਰਟੈਂਟ ਹੈ ਤੇ ਟਾਪ 3 ਕਿਹੜੀਆਂ ਤੁਹਾਡੀਆਂ ਇਸ ਟਾਈਮ ਤੇ ਸਭ ਤੋਂ ਪਹਿਲਾਂ ਤੁਸੀਂ ਉਸ ਚੀਜ਼ ਬਾਰੇ ਸੋਚਣਾ ਕਿਉਂਕਿ ਜਦੋਂ ਤੁਸੀਂ ਉਹ ਲਿਸਟ ਬਣਾ ਲਈ ਨਾ ਤੇ ਪੂਰੀ ਲਿਸਟ ਬਣਾ ਕੇ ਉਹਨੂੰ ਰੈਂਕਿੰਗ ਚ ਰੱਖ ਲਿਆ ਫਿਰ ਤੁਹਾਨੂੰ ਇਹ ਸਮਝ ਆ ਜਾਊਗਾ ਵੀ ਹਾਂ ਆਹ ਚੀਜ਼ਾਂ ਜਿਹੜੀਆਂ ਨਾ ਹਾਹਾ ਹਾ ਦੋ ਚਾਰ ਚੀਜ਼ਾਂ ਜਿਹੜੀਆਂ ਇਹਨਾਂ ਤੇ ਮੇਰਾ ਜਿਹੜਾ ਹੈਗਾ ਫੋਕਸ ਹੋਣਾ ਚਾਹੀਦਾ ਸਭ ਤੋਂ ਪਹਿਲੀ ਗੱਲ ਇਹ ਹੀ ਆ ਵੀ ਆਪਣੀ ਪ੍ਰਾਇਰਟੀ ਲਿਸਟ ਬਣਾਓ ਫਿਰ ਦੇਖੋ ਟੌਪ 3 ਪ੍ਰਾਇਰਟੀ ਚ ਕੀ ਆਉਂਦਾ ਜਿਹੜਾ ਟੌਪ 5 ਤੋਂ ਥੱਲੇ ਜਾਂਦਾ ਨਾ ਉਹਨੂੰ ਹਜੇ ਰਹਿਣ ਦਿਓ ਟੌਪ 3 ਤੇ ਪੂਰਾ ਫੋਕਸ ਚੌਥੀ ਪੰਜਵੀਂ ਨਾਲ ਨਾਲ ਹੋਈ ਜਾਵੇ ਇਹਨਾਂ ਕੁ ਕਰ ਲਓ ਦੂਜਾ ਪੁਆਇੰਟ ਰਿਫਲੈਕਟ ਕਰੋ ਤੁਸੀਂ ਜ਼ਿਆਦਾ ਟਾਈਮ ਕਿਹੜੀ ਗੱਲ ਬਾਰੇ ਚਰਚਾ ਕਰਦੇ ਹੋ ਉੱਥੋਂ ਤੁਹਾਨੂੰ ਪਤਾ ਲੱਗੂਗਾ ਤੁਹਾਨੂੰ ਮੈਟਰ ਕੀ ਕਰਦਾ ਲਾਈਫ ਵਿੱਚ ਹੁਣ ਜਿਹੜਾ ਬੰਦਾ ਜਿਆਦਾ ਟਾਈਮ ਬੱਚਿਆਂ ਦੇ ਫਿਊਚਰ ਦੀ ਚਿੰਤਾ ਕਰ ਰਿਹਾ ਤਾਂ ਮਤਲਬ ਉਹਦੇ ਲਈ ਬੱਚਿਆਂ ਦਾ ਫਿਊਚਰ ਪਰਿਵਾਰ ਉਹ ਚੀਜ਼ਾਂ ਦੀ ਗੱਲਬਾਤ ਸਾਰ ਦਿਨ ਹੋ ਰਹੀ ਹੈ ਤਾਂ ਉਹਦੇ ਲਈ ਉਹ ਇੰਪੋਰਟੈਂਟ ਹੈ ਉਹਦੀਆਂ ਟੌਪ 3 ਪ੍ਰਾਇਰੀਟੀਆਂ ਸੂਹੀ ਆਊਗਾ। ਲੋਕ ਜਵਾਕਰ ਰਿਲੇਟਡ ਚੀਜ਼ਾਂ ਉਹਦੇ ਲਈ ਮੇਨ ਇੰਪੋਰਟੈਂਟ ਹੋਣਗੀਆਂ। ਇਸ ਤਰ੍ਹਾਂ ਹੀ ਜਿਹੜਾ ਬੰਦਾ ਇਸ ਟਾਈਮ ਕਰ ਰਿਹਾ ਵੀ ਮੈਂ ਬਿਜ਼ਨਸ ਵਧਾਉਣਾ ਹੈ ਮੈਂ ਉੱਥੇ ਬ੍ਰਾਂਚ ਖੋਲ੍ਹਣੀ ਹੈ ਮੈਂ ਉੱਥੇ ਬ੍ਰਾਂਚ ਖੋਲ੍ਹਣੀ ਉਹਦੇ ਲਈ ਟੌਪ 3 ਪ੍ਰਾਇਰੀਟੀਆਂ ਸਭ ਤੋਂ ਪਹਿਲਾਂ ਆ ਗਿਆ ਬਿਜ਼ਨਸ। ਕੋਈ ਬੰਦਾ ਹੈਗਾ ਜਿਹੜਾ ਵੀ ਹੋਰ ਕੁਝ ਮਰਜ਼ੀ ਹੈ ਜਿਮ ਮ ਜੇ ਕੋਈ ਕਿਸੇ ਕੋਲੇ ਬੈਨੇ ਸਪੋਰਟਸ ਦੀਆਂ ਗੱਲਾਂ ਹੁੰਦੀਆਂ ਜਾਂ ਜੇ ਕਿਸੇ ਕੋਲੇ ਕੋਲੇ ਬੈਨੇ ਬੱਚਿਆਂ ਦੀਆਂ ਗੱਲਾਂ ਹੁੰਦੀਆਂ ਉਵੇਂ ਤੁਹਾਡੀਆਂ ਗੱਲਾਂ ਖੜੀਆਂ ਨੇ ਜੇ ਤੁਹਾਡੇ ਕੋਲੇ ਲੋਕ ਬੈਨੇ ਤੁਹਾਡੀਆਂ ਕਿਹੜੀਆਂ ਗੱਲਾਂ ਹੁੰਦੀਆਂ ਮੇਨ ਉਹ ਤੁਹਾਡਾ ਮੇਨ ਜਿਹੜਾ ਹੈਗਾ ਇੱਕ ਪ੍ਰਾਇਰਟੀਜ਼ ਦੇ ਵਿੱਚ ਆਉਂਦਾ ਤੇ ਦੂਜੀ ਚੀਜ਼ ਫਿਰ ਤੁਸੀਂ ਇਹ ਵੀ ਚੈੱਕ ਕਰ ਸਕਦੇ ਹੋ ਵੀ ਜੇ ਗੱਲਾਂ ਮੇਰੀਆਂ ਮੇਰੀਆਂ ਪ੍ਰਾਇਰਟੀਜ਼ ਨਾਲ ਮੈਚ ਨਹੀਂ ਕਰਦੀਆਂ ਤਾਂ ਵੱਡਾ ਮਿਸਮੈਚ ਉੱਥੇ ਹੋ ਰਿਹਾ ਤਾਂ ਕਰਕੇ ਸ਼ਾਇਦ ਮੈਂ ਆਪਣੀ ਜ਼ਿੰਦਗੀ ਚ ਅੱਗੇ ਨਹੀਂ ਵਧ ਰਿਹਾ ਤਾਂ ਉਹ ਵੀ ਫਿਰ ਬਹੁਤ ਜ਼ਰੂਰੀ ਆ ਕਿ ਕਿਹਬਰੀਆਂ ਪ੍ਰਾਇਰਟੀਜ਼ ਤੇ ਜੋ ਮੈਂ ਡੇ ਟੂ ਡੇ ਕਰ ਰਿਹਾ ਉਹਦੇ ਵਿੱਚ ਗੈਪ ਕਿੰਨਾ ਹੈ ਹਨਾ ਉਹਨੂੰ ਫਿਰ ਤੀਜੀ ਚੀਜ਼ ਜਿਹੜੀ ਹੈਗੀ ਜਦੋਂ ਆਪਾਂ ਜ਼ਿੰਦਗੀ ਦੇ ਵਿੱਚ ਲੱਭਣਾ ਵੀ ਮੈਂ ਕਰਨਾ ਕੀ ਆ ਇਹ ਦੇਖੋ ਵੀ ਤੁਹਾਡੇ ਸਭ ਤੋਂ ਇੰਪੋਰਟੈਂਟ ਲੋਕ ਕਿਹੜੇ ਨੇ ਤੁਹਾਡੇ ਤੁਹਾਡੀ ਲਾਈਫ ਦੇ ਸਭ ਤੋਂ ਇੰਪੋਰਟੈਂਟ 4-5 ਜਾਣੇ ਕੌਣ ਨੇ ਉਹਦੇ ਨਾਲ ਵੀ ਤੁਹਾਨੂੰ ਸਮਝ ਆਊਗਾ ਵੀ ਮੇਰੀ ਲਾਈਫ ਦੀਆਂ ਪ੍ਰਾਇਰਟੀਜ਼ ਕੀ ਨੇ ਮੇਰੀ ਲਾਈਫ 'ਚ ਕੀ ਮੈਟਰ ਕਰ ਰਿਹਾ ਹੈ ਕੀ ਨਹੀਂ ਮੈਟਰ ਕਰ ਰਿਹਾ ਕਿਉਂਕਿ ਉਹਦੇ ਵਿੱਚ ਕਾਰਨ ਇਹੀ ਹੈ ਵੀ ਜਦੋਂ ਆਪਾਂ ਉਸ ਤਰੀਕੇ ਨਾਲ ਗੱਲ ਕਰਾਂਗੇ ਤਾਂ ਆਪਾਂ ਨੂੰ ਇਹ ਸਮਝ ਆ ਰਿਹਾ ਵੀ ਐਵੇਂ ਦੇ ਲੋਕਾਂ ਨਾਲ ਮੇਰੀ ਬਣੀ ਉਠਣੀ ਹੈ ਐਵੇਂ ਦੀਆਂ ਗੱਲਾਂ ਬਾਤਾਂ ਮੈਂ ਕਰ ਰਿਹਾ ਐਵੇਂ ਤਾਂ ਸਾਰਾ ਕੁਝ ਹੋ ਰਿਹਾ ਤਾਂ ਮੇਰਾ ਰਸਤਾ ਵੀ ਇਸ ਤਰੀਕੇ ਨਾਲ ਬਣੂਗਾ ਤੇ ਉਹਨਾਂ ਦੇ ਨਾਲ ਤੁਹਾਡੀਆਂ ਡਿਸਕਸ਼ਨਸ ਨੇ ਜਿਹੜੀਆਂ ਹਨ ਉਹਨਾਂ ਨਾਲ ਜਿਹੜੀ ਹੈਗੀ ਆ ਰੂਹ ਦੀ ਖਰਾਕ ਮਿਲਣੀ ਹੈ ਤੇ ਉਹਨਾਂ ਚੋਂ ਹੀ ਤੁਹਾਨੂੰ ਅੱਗੇ ਵਧਣ ਦਾ ਜਿਹੜਾ ਜਜ਼ਬਾ ਉਹ ਮਿਲਣਾ ਚੌਥਾ ਤਰੀਕਾ ਜਿਹੜਾ ਹੈਗਾ ਉਹ ਹੈਗਾ ਵੀ ਤੁਹਾਡੀ ਹੌਬੀ ਕਿਹੜੀ ਹੈ ਤੁਸੀਂ ਕੀ ਚੀਜ਼ ਕਰਦੇ ਹੋ ਜਦੋਂ ਤੁਸੀਂ ਤੁਹਾਨੂੰ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਹਰ ਬੰਦੇ ਦਾ ਡਿਫਰੈਂਟ ਹੈ ਮੇਰੇ ਲਈ ਹੈਗਾ ਜਦੋਂ ਮੈਂ ਲਾਈਵ ਜਾਂਦਾ ਜਦੋਂ ਮੈਂ ਗੱਲਾਂ ਬਾਤਾਂ ਕਰਦਾ ਜਦੋਂ ਮੈਂ ਕਾਉਂਸਲਿੰਗ ਕਰਦਾ ਕੋਚਿੰਗ ਕਰਦਾ ਮੈਨੂੰ ਪਤਾ ਨਹੀਂ ਲੱਗਦਾ ਫਿਰ ਉਦੋਂ ਥੱਕਦਾ ਨਹੀਂ ਮੈਂ ਇਹ ਕੰਮ ਕਰਦਾ ਬਾਕੀ ਕੰਮ ਕਰਦਾ ਮੈਂ ਥੱਕ ਜਾਂਦਾ ਤੇ ਇਸ ਲਈ ਮੇਰੇ ਲਈ ਇਹ ਇਹ ਚੀਜ਼ ਹੈ ਜਿਹੜੀ ਵੀ ਇਹ ਮੇਰੇ ਪਰਪਸ ਦੇ ਵਿੱਚ ਵੀ ਲਾਈਫ ਚ ਅੱਗੇ ਕੀ ਕਰੀਏ ਜੇ ਮੈਨੂੰ ਕੀ ਪੁੱਛੇ ਤਾਂ ਮੇਰਾ 5 ਸਾਲ ਦਾ ਪਲਾਨ ਇਹੀ ਹੈ ਵੀ ਇਹ ਕੰਮ ਜਾਦੇ ਕਰਾਂ ਜਿਹੜੀ ਡੇ ਟੂ ਡੇ ਜੌਬ ਕਰ ਰਿਹਾ ਉਧਰੋਂ ਕੰਮ ਘਟਾ ਕੇ ਇੱਧਰ ਨੂੰ ਜਾਦੇ ਵਧਾਵਾਂ ਕਿਉਂਕਿ ਮੈਨੂੰ ਸਮਝ ਆ ਚੁੱਕਿਆ ਵੀ ਇਸ ਤੇਰੀ ਇਹਦੇ ਚ ਮੇਰੀ ਰੂਹ ਹੀ ਖਰਾਕ ਹੈ ਨਾ ਤੇ ਨਾਲ ਨਾਲ ਖੇਡਣਾ ਮੇਰੇ ਲਈ ਬਹੁਤ ਇੰਪੋਰਟੈਂਟ ਹੈ ਤਾਂ სპੋਰਟਸ ਦੇ ਵਿੱਚ ਕਾਫੀ ਮੈਂ ਐਕਟਿਵ ਰਹਾਂ ਨਾ ਪਰ ਤੁਹਾਡੇ ਲਈ ਵੀ ਐਵੇਂ ਕੁਝ ਚੀਜ਼ਾਂ ਹੋਣੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਤਾਂ ਉਹਨਾਂ ਚੀਜ਼ਾਂ ਬਾਰੇ ਦੇਖੋ ਵੀ ਉਹ ਕਿਹੜੀਆਂ ਚੀਜ਼ ਡਿਫਰੈਂਸ ਜੜਾ ਹਣਾ ਐਨਵਾਇਰਨਮੈਂਟ ਦੇ ਵਿੱਚ ਤੁਸੀਂ ਕਿਵੇਂ ਫੀਲ ਕਰਦੇ ਹੋ ਸਾਰਾ ਕੁਝ ਤੁਹਾਨੂੰ ਬੜਾ ਡਿਫਰੈਂਟ ਡਿਫਰੈਂਟ ਉਹਦੇ ਨਾਲ ਮਹਿਸੂਸ ਹੋਣ ਲੱਗ ਜਾਊਗਾ ਅਗਲੀ ਚੀਜ਼ ਜਿਹੜੀ ਹੈਗੀ ਪੰਜਵੀਂ ਤੁਹਾਡੀਆਂ ਸਟਰੈਂਥਸ ਜਿਹੜੀਆਂ ਨੇ ਕਿਹੜੀਆਂ ਚੀਜ਼ਾਂ ਜਿਹੜੀਆਂ ਤੁਸੀਂ ਬਹੁਤ ਸੌਖੇ ਕਰ ਲੈਂਦੇ ਹੋ ਜਿਹੜੇ ਲੋਕਾਂ ਦੇ ਸਾਥ ਤੋਂ ਹੁੰਦੀਆਂ ਨੇ ਤੂੰ ਕਿਵੇਂ ਕਰ ਲੈਣਾ ਜਿਹੜੀਆਂ ਚੀਜ਼ਾਂ ਕਰਕੇ ਤੁਹਾਨੂੰ ਮਾਣ ਆਪਦੇ ਆਪ ਤੇ ਜਿਹੜੀਆਂ ਤੀਜੀਆਂ ਕਰਕੇ ਤੁਹਾਡੇ ਦੋਸਤਾਂ ਨੂੰ ਤੁਹਾਡੇ ਟੱਬਰ ਨੂੰ ਤੁਹਾਡੇ ਤੇ ਮਾਣ ਹੈ ਉਹ ਕਿਹੜੀਆਂ ਚੀਜ਼ਾਂ ਨੇ ਉਹ ਜਿਹੜੇ ਰਸਤੇ ਹੋਣਗੇ ਜਿਨ੍ਹਾਂ 'ਤੇ ਤੁਸੀਂ ਚੱਲਣਾ ਹੈ ਉਹ ਜਿਹੜੀਆਂ ਪ੍ਰਾਇੋਰਟੀਜ਼ ਨੇ ਜਿਨ੍ਹਾਂ 'ਤੇ ਤੁਸੀਂ ਜਾਣਾ ਉਹ ਚ ਦੇਖੋ ਜਦੋਂ ਤੁਸੀਂ ਉਹ ਚੀਜ਼ ਨੂੰ ਲਿੰਕ ਕਰਕੇ ਹੁਣ ਮੇਰੇ ਲਈ ਕੀ ਸੀ ਮੇਰੀ ਗੱਲਬਾਤ ਕਰਨੀ ਮੈਨੂੰ ਵੀ ਉਹ ਨਹੀਂ ਮੈਚ ਜਕਦਾ ਮੈਨੂੰ ਜਿਹਦੇ ਨਾਲ ਮਰਜ਼ੀ ਗੱਲ ਕਰਾ ਲਓ ਤਾਂ ਜਦੋਂ ਉਹ ਮੇਰੀ ਲਿੰਕ ਹੋ ਗਈ ਮੇਰੀ ਆ ਕੋਚਿੰਗ ਦੇ ਨਾਲ ਮੈਂ ਸੋਚਿਆ ਵੀ ਕੋਚਿੰਗ ਵਿੱਚ ਤਾਂ ਵੈਸੇ ਨਹੀਂ ਹੋ ਰਹੀ ਸੀ ਪਰ ਮੋਂ ਨੂੰ ਲਿੰਕ ਕਰ ਲੈਦੇ ਨਾਲ ਤੇ ਹੁਣ ਮੈਂ ਵੀਡੀਓ ਬਣਾ ਕੇ ਇਹਦੇ ਜ਼ਰੀਏ ਲੋਕਾਂ ਨਾਲ ਜੁੜ ਰਿਹਾ ਤਾਂ ਮੇਰੀ ਕਮਿਊਨੀਕੇਸ਼ਨ ਸਕਿੱਲ ਸੀ ਜਿਹੜੀ ਉਹਦੇ ਥਰੂ ਮੇਰੀ ਕੋਚਿੰਗ ਗਰੋ ਹੋ ਰਹੀ ਹੈ ਕਿਉਂਕਿ ਮੈਂ ਸਮਝ ਲਿਆ ਵੀ ਇਹ ਸਰਕਲ ਕਿਵੇਂ ਜੁੜਦਾ ਤੇ ਇਸ ਤਰੀਕੇ ਨਾਲ ਜਿਹੜੀ ਤੁਹਾਡੀ ਸਟਰੈਂਥ ਹੈ ਉਹਨੂੰ ਤੁਹਾਡੇ ਮਕਸਦ ਨਾਲ ਕਿਵੇਂ ਜੋੜ ਸਕਦੇ ਆ ਪਹਿਲਾਂ ਆਪਣੀ ਸਟਰੈਂਥ ਲੱਭ ਫਿਰ ਆਉਦੀ ਪ੍ਰਾਇੋਰਟੀ ਲੱਭਣੀ ਫਿਰ ਉਹ ਦੋਨੇ ਕਿਵੇਂ ਜੁੜਦੀਆਂ ਨੇ ਕਿਸ ਤਰੀਕੇ ਨਾਲ ਕਿਵੇਂ ਉਹ ਤੁਹਾਡੀ ਸਟਰੈਂਥ ਤੁਹਾਡੇ ਮਕਸਦ ਨੂੰ ਪੂਰਾ ਕਰਨ ਦੇ ਵਿੱਚ ਤੁਹਾਡੀ ਹੈਲਪ ਕਰ ਸਕਦੀ ਆ ਉਹਨੂੰ ਜਦੋਂ ਮੈਪ ਆਊਟ ਕਰੋਂਗੇ ਨਾ ਉਹਦੇ ਨਾਲ ਤੁਹਾਨੂੰ ਪੋਜ਼ਿਟਿਵਿਟੀ ਮਿਲੂਗੀ ਤੇ ਉਹਦੇ ਨਾਲ ਆਪਦੇ ਆਪ ਹੀ ਫਰਕ ਪੈਣਾ ਇਦੋਂ ਅਗਲਾ ਪੁਆਇੰਟ ਹੋ ਗਿਆ ਜੀ 6ਵਾਂ ਪੁਆਇੰਟ 6ਵੇਂ ਪੁਆਇੰਟ ਦੇ ਵਿੱਚ ਇਹ ਆ ਵੀ ਤੁਸੀਂ ਆਪਦਾ ਸਮਾਂ ਕਿਵੇਂ ਬਤੀਤ ਕਰਦੇ ਹੋ ਟਾਈਮ ਸਪੈਂਡ ਕਿਵੇਂ ਕਰਦੇ ਹੋ ਕੀ ਤੁਹਾਡਾ ਸਮਾਂ ਖੇਡਾਂ 'ਚ ਜਾ ਰਿਹਾ ਕੀ ਤੁਹਾਡਾ ਸਮਾਂ ਪੜ੍ਹਨ 'ਚ ਜਾ ਰਿਹਾ ਕੀ ਤੁਹਾਡਾ ਸਮਾਂ ਟੀਵੀ ਦੇਖਣ 'ਚ ਜਾ ਰਿਹਾ ਕੀ ਤੁਹਾਡਾ ਸਮਾਂ ਦੋਸਤਾਂ ਨਾਲ ਗੱਲਾਂ ਕਰਨ 'ਚ ਜਾ ਰਿਹਾ ਉਦੋਂ ਨੂੰ ਦੱਸੋਗਾ ਵੀ ਤੁਹਾਡਾ ਲਾਈਫ ਦਾ ਪਰਪਸ ਕੀ ਹੈ ਤੁਸੀਂ ਲਾਈਫ ਦੇ ਵਿੱਚ ਕਿੱਧਰ ਨੂੰ ਜਾ ਰਹੇ ਹੋ ਕਿਉਂਕਿ ਜਿੱਥੇ ਤੁਸੀਂ ਸਮਾਂ ਬਤਾਉਣਾ ਪਸੰਦ ਕਰ ਰਹੇ ਹੋ ਓਵੇਂ ਦਾ ਕੁਝ ਹੀ ਤੁਹਾਨੂੰ ਜ਼ਿੰਦਗੀ ਚ ਅੱਗੇ ਚੰਗਾ ਲੱਗੂਗਾ ਕਰਨ ਨੂੰ ਉਹਦੇ ਉਲਟ ਜਾ ਕੇ ਕੁਝ ਕਰੋਗੇ ਉਹ ਤੁਹਾਡੀ ਰੂਹ ਦੀ ਖਰਾਕ ਨਹੀਂ ਹੈਗੀ ਉਹ ਮਾੜਾ ਮੋਟਾ ਕਰ ਲਓਗੇ ਪਰ ਉਹ ਸਵਾਦ ਨਹੀਂ ਆਉਣਾ ਤਾਂ ਇਹ ਸਮਝੋ ਵੀ ਜਿਹੜਾ ਮੇਰਾ ਮਕਸਦ ਹੈ ਜਾਂ ਜ਼ਿੰਦਗੀ ਦੇ ਵਿੱਚ ਜੋ ਮੈਂ ਅੱਗੇ ਵੱਧ ਕੇ ਕੁਝ ਕਰਨਾ ਹੈ ਉਹ ਇਹਦੇ ਨਾਲ ਅਲਾਈਨ ਹੋਣਾ ਜ਼ਰੂਰੀ ਹੈ ਜਿਸ ਤਰੀਕੇ ਨਾਲ ਸਮਾਂ ਬਤਾਉਣਾ ਮੈਨੂੰ ਪਸੰਦ ਆ ਹੁਣ ਮੇਰੀ ਐਗਜ਼ਾਮਪਲ ਇਹ ਹੈ ਵੀ ਸਿੱਖ ਗੇਮਸ ਯੂਕੇ ਹੋ ਰਹੀਆਂ ਨੇ ਆਲਰੇਡੀ ਮੋਂਨਾ ਇਨਵੋਲਵ ਹੋ ਚੁੱਕ ਵੀ ਉਹਨਾਂ ਦੀ ਹੈਲਪ ਕਰਨ ਨੂੰ ਵੀ ਕਿਵੇਂ ਟੀਮਾਂ ਰਿਕਰੂਟ ਕਰ ਰਹੇ ਨੇ ਉਹ ਅੱਗੇ ਫੰਡਿੰਗ ਵਗੈਰਾ ਜੋ ਵੀ ਆਪਣੀ ਜ਼ਿੰਮੇਵਾਰੀ ਲੱਗੂਗੀ ਉੱਥੇ ਪਰ ਮੈਂ ਕਿਉਂ ਲੱਗਿਆ ਉੱਚ ਕਿਉਂਕਿ ਮੈਂ ਆਪ ਖੇਡਾਂ ਦਾ ਸ਼ਕੀਨ ਹਾਂ ਤਾਂ ਕਰਕੇ ਮੈਨੂੰ ਉਹ ਚੀਜ਼ ਬੜੀ ਸੋਹਣੀ ਲੱਗੀ ਤੇ ਇੱਕ ਵਾਰੀ ਉਹ ਮੈਨੂੰ ਮਿਲੇ ਤੇ ਇੱਕ ਮਿੰਟ ਸੀ ਮੈਨੂੰ ਮੈਂ ਕਿਹਾ ਹਾਂਜੀ ਡਨ ਤੇ ਕਿਉਂ ਹੋਇਆ ਇਹ ਕਿਉਂਕਿ ਉਹ ਮੈਨੂੰ ਪਤਾ ਵੀ ਉੱਥੇ ਮੈਨੂੰ ਪਰੇਸ਼ਾਨੀ ਨਹੀਂ ਮੈਨੂੰ ਖੁਸ਼ੀ ਹੋਣੀ ਹੈ ਉਹਦੇ ਵਿੱਚ ਤੇ ਇਸ ਤਰੀਕੇ ਨਾਲੇ ਹਮੇਸ਼ਾ ਜ਼ਰੂਰ ਲੱਭੋ ਵੀ ਮੈਂ ਕਿਹੜੇ ਪਾਸੇ ਨੂੰ ਜਾ ਰਿਹਾ ਤਾਂ ਉੱਥੇ ਮੈਨੂੰ ਖੁਸ਼ੀ ਮਿਲਣੀ ਜਾਂ ਪਰੇਸ਼ਾਨੀ ਮਿਲਣੀ ਹੈ ਨਾ ਸੋਚ ਕਿਵੇਂ ਦੀ ਚੱਲਦੀ ਆ ਜਿਹੜੇ ਖਿਆਲ ਨੇ ਤੁਹਾਨੂੰ ਕੀ ਕਹਿ ਰਹੇ ਨੇ ਤੁਹਾਡੀ ਅੰਦਰ ਜਿਹੜੀ ਆਵਾਜ਼ ਚੱਲ ਰਹੀ ਉਹ ਕੀ ਦੱਸ ਰਹੀ ਆ ਤੁਹਾਨੂੰ ਵੀ ਤੁਹ ਕੀ ਕਰਨਾ ਕਿੱਥੇ ਜਾਣਾ ਕਿਵੇਂ ਜਾਣਾ ਕਿਉਂ ਜਾਣਾ ਹਨਾ ਉਹ ਜਿਹੜੀ ਚੀਜ਼ ਆ ਨਾ ਉਹਦੇ ਨਾਲ ਵੀ ਤੁਹਾਨੂੰ ਕਾਫੀ ਜ਼ਿਆਦਾ ਫਰਕ ਆ ਜਿਹੜਾ ਉਹ ਪਾਊਗਾ ਤਾਂ ਇਹਦੇ ਲਈ ਮੇਨਲੀ ਤੁਸੀਂ ਇਹ ਦੇਖਣਾ ਹੁੰਦਾ ਵੀ ਜਿਹੜੇ ਥੌਟ ਮੇਰੇ ਦਿਮਾਗ ਚ ਆ ਰਹੇ ਨੇ ਹਨਾ ਉਸ ਏਰੀਆ ਦੇ ਵਿੱਚ ਹੀ ਮੇਰੀ ਗਰੋਥ ਹੋਣੀ ਆ ਜੇ ਤੁਹਾਡੇ ਥੌਟ ਆ ਰਹੇ ਨੇ ਵੀ ਜਿਵੇਂ ਹੁਣ ਮੈਂ ਸੋਚਾਂ ਵੀ ਅਪਦੀ ਐਗਜ਼ਾਮਪਲ ਮੈਂ ਫੇਰ ਦੇ ਰਿਹਾ ਵੀ ਮੈਂ ਸਟੇਜ ਤੋਂ ਬੋਲ ਰਿਹਾ ਮੈਂ ਆ ਕਰ ਰਿਹਾ ਮੈਂ ਉਹ ਕਰ ਰਿਹਾ ਤਾਂ ਉਹ ਥੌਟ ਮੇਰੇ ਲਿੰ ਉਹ ਆਟੋਮੈਟਿਕਲੀ ਸਬਕੌਨਸ਼ੀਅਸ ਮੈਨੂੰ ਗਾਈਡ ਕਰ ਰਿਹਾ ਵੀ ਐਨੂੰ ਜਾਣਾ ਦਾ ਆ ਤੇਰਾ ਰਸਤਾ ਹਨ ਤਾਂ ਥੌਟ ਦੇਖਿਆ ਕਰੋ ਆਪਣੇ ਥੌਟ ਕਿੱਧਰ ਨੂੰ ਜਾ ਰਹੇ ਨੇ ਟੌਪ 3 ਪ੍ਰਾਇਰੀਟੀਆਂ ਕਿੱਧਰ ਨੂੰ ਜਾ ਰਹੀਆਂ ਜੇ ਉਹ ਅਲਾਈਨ ਨੇਗੇ ਜੇ ਨਹੀਂ ਅਲਾਈਨ ਤਾਂ ਉਹ ਥੌਟ ਉਹਦੇ ਨਾਲ ਕਿਵੇਂ ਲਿੰਕ ਕਰ ਸਕਦੇ ਆਂਗੇ ਤਾਂ ਉਹਨੇ ਤੁਹਾਨੂੰ ਬਹੁਤ ਫਰਕ ਪਾਉਣਾ ਅਗਲਾ ਪੁਆਇੰਟ ਬਹੁਤ ਹੀ ਇੰਟਰਸਟਿੰਗ ਆ ਜ਼ਿੰਦਗੀ ਦੇ ਕਿਹੜੇ ਪਹਿਲੂ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਇੰਪਰੂਵਮੈਂਟ ਲਿਆਉਣੀ ਚਾਹੁੰਦੇ ਹੋ ਉਹਨਾਂ ਨੂੰ ਮਾਰਕ ਕਰੋ ਹੁਣ ਕਈ ਚੀਜ਼ਾਂ ਆਪਣੀ ਜ਼ਿੰਦਗੀ 'ਚ ਬਹੁਤ ਸੌਖੀ ਹੁੰਦੀ ਆ ਪਰ ਉਹਨਾਂ 'ਤੇ ਹੋਰ ਜ਼ੋਰ ਲਾਈ ਜਾਂਦੇ ਆਂ ਪਰ ਕਈ ਚੀਜ਼ ਮੋਟਾਪਾ ਆ ਗਿਆ ਸਭ ਕੁਝ ਆ ਗਿਆ ਉਹਨਾਂ ਨੇ ਸੋਚੇ ਹੀ ਨਹੀਂ ਕਈ ਬੰਦੇ ਨੇ ਜਿਮ ਆ ਛੱਡ ਕੇ ਲਾਣੇ ਕੰਮ ਹੀ ਨਹੀਂ ਕਰਦੇ ਕਿਉਂਕਿ ਬੈਲੈਂਸ ਹੋਣਾ ਬਹੁਤ ਜ਼ਰੂਰੀ ਆ ਤਾਂ ਹੀ ਦੇਖਣਾ ਵੀ ਕਿਹੜੇ ਪਹਿਲੂ ਨੇ ਜ਼ਿੰਦਗੀ ਦੇ ਜਿਹੜੇ ਮੈਂ ਇੰਪਰੂਵ ਕਰਨੇ ਨੇ ਪਹਿਲਾਂ ਆਪਣਾ ਦੀ ਗੱਲ ਕਰੀ ਕਿਹੜੇ ਪਹਿਲੂ ਮੇਰੇ ਜ਼ਿੰਦਗੀ ਦੇ ਜਿਹੜੇ ਸਟਰੋਂਗ ਨੇ ਉਹਨਾਂ ਨੂੰ ਮੈਂ ਹੋਰ ਬੈਟਰ ਕਰਾਂ ਪਰ ਨਾਲ ਦੀ ਨਾਲ ਜਿਹੜੇ ਵੀਕ ਨੇ ਉਹਨਾਂ ਨੂੰ ਕਿਵੇਂ ਸੈੱਟ ਕਰਨਾ ਤਾਂ ਉਹਨਾਂ ਨੂੰ ਜਦੋਂ ਤੁਸੀਂ ਆਇਡੈਂਟੀਫਾਈ ਕਰੋਗੇ ਉਹਦੇ ਨਾਲ ਤੁਹਾਡੀ ਤਸਵੀਰਾਂ ਜਿਹੜੀ ਹੋਰ ਵੀ ਸਾਫ਼ ਹੋਣੇ ਆ ਤੇ ਇਹ ਸੋਚੋ ਵੀ ਅੱਜ ਤੋਂ 5 ਸਾਲਾਂ ਬਾਅਦ ਲੋਕ ਮੇਰੇ ਬਾਰੇ ਕੀ ਕਹਿੰਦੇ ਹੋਣ ਮੇਰੇ ਬਾਰੇ ਅੱਜ ਤੋਂ 5 ਸਾਲਾਂ ਨੂੰ ਲੋਕ ਤੇ ਮੇਰੇ ਬਾਰੇ ਗੱਲ ਕਰਨ ਤੋਂ ਮੇਰੇ ਬਾਰੇ ਕੀ ਕਹਿੰਦੇ ਹੋ ਇਹ ਨੌਵਾਂ ਪੁਆਇੰਟ ਆ ਇਹ ਤੁਹਾਨੂੰ ਹੈਲਪ ਕਰੂਗਾ ਡਿਸਾਈਡ ਕਰਨ ਦੇ ਵਿੱਚ ਵੀ ਤੁਸੀਂ ਜ਼ਿੰਦਗੀ ਚ ਕੀ ਕਰਨਾ ਹੈ ਦੇਖੋ ਵੀ ਅੱਜ ਤੋਂ 5 ਸਾਲਾਂ ਨੂੰ ਤੁਸੀਂ ਕਿੱਥੇ ਖੜੇ ਹੋ ਕਿਵੇਂ ਦਾ ਕੰਮਕਾਰ ਆ ਕਿਵੇਂ ਦੇ ਕੱਪੜੇ ਲੀਡੇ ਤੁਸੀਂ ਪਾਏ ਨੇ ਕਿਵੇਂ ਦੀ ਤੁਹਾਡੇ ਕੋਲੇ ਗੱਡੀ ਆ ਜਾਂ ਬਾਈਕ ਆ ਜਾਂ ਜੋ ਵੀ ਆ ਕਿਵੇਂ ਦੇ ਲੋਕ ਤੁਹਾਡੇ ਆਲੇ-ਦਾਲੇ ਨੇ ਉਹ ਲੋਕ ਤੁਹਾਡੇ ਬਾਰੇ ਕੀ ਕਹਿ ਰਹੇ ਨੇ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਉਸ ਟਾਈਮ ਉੱਥੇ ਖੜਿਆ ਨੂੰ ਉਹ ਤਸਵੀਰ ਜਰਾ ਬਣਾਓ ਆਪਣੇ ਦਿਮਾਗ 'ਚ ਉਹ ਤੁਹਾਨੂੰ ਦੱਸੂਗੀ ਵੀ ਅੱਜ ਤੋਂ ਕਿੱਥੇ ਕਿਹੜੇ ਕਿਹੜੇ ਸਟੈਪ ਲੈਣਾ ਸ਼ੁਰੂ ਕਰਨੇ ਪੈਣੇ ਨੇ ਤੇ ਆਪਦੇ ਆਪ ਹੀ ਤੁਹਾਨੂੰ ਦੇਖਿਓ ਉਹਦੇ ਨਾਲ ਕੌਨਫੀਡੈਂਸ ਆਊਗਾ ਤੇ ਬੂਸਟ ਆਊਗਾ ਤੇ ਆਪਦੇ ਆਪ ਹੀ ਤੁਸੀਂ ਅਗਲੇ ਸਟੈਪ ਲਾਉਂਗੇ ਫਿਰ ਉਹਦੇ ਨਾਲ ਜਿਹੜਾ ਆਖਰੀ ਪੁਆਇੰਟ ਹੈ ਦਾ ਉਹ ਇਹ ਆ ਵੀ ਰਿਫਲੈਕਟ ਕਰੋ ਵੀ ਲਾਸਟ ਟਾਈਮ ਤੁਸੀਂ ਆ ਖੁੱਲ ਕੇ ਖੁਸ਼ ਕਦੋਂ ਸੀਗੇ ਕਿਉਂਕਿ ਉਹ ਮੂਮੈਂਟ ਮੈਟਰ ਕਰਦੀ ਹੈ ਉਹ ਮੂਮੈਂਟ ਦੇ ਵਿੱਚ ਕੌਣ ਸੀ ਉੱਥੇ ਕੀ ਹੋ ਰਿਹਾ ਸੀ ਕਿਵੇਂ ਦੀਆਂ ਗੱਲਾਂ ਸੀ ਉਹ ਸਮਝ ਆਊਗਾ ਵੀ ਇਹ ਵੀ ਮੇਰੇ ਲਈ ਇੰਪੋਰਟੈਂਟ ਹੈ ਜ਼ਿੰਦਗੀ ਦੇ ਵਿੱਚ ਤਾਂ 10 ਪੁਆਇੰਟ ਆਪਾਂ ਕਰਨੇਗੇ ਦਸਾਂ ਪੁਆਇੰਟਾਂ ਦਾ ਅਲਟੀਮੇਟ ਏਮ ਇਹ ਹੀ ਸੀਗਾ ਵੀ ਤੁਸੀਂ ਇਹ ਚੋ ਨੋਟਸ ਮੇਰੇ ਲਈ ਜ਼ਿੰਦਗੀ ਚ ਇੰਪੋਰਟੈਂਟ ਕੀ ਹੈ ਇਹ ਮੈਨੂੰ ਕਿਵੇਂ ਪਤਾ ਲੱਗੇ ਠੀਕ ਆ ਤਾਂ ਜੇ ਤੁਸੀਂ ਦੁਬਾਰਾ ਇਹਨਾਂ ਨੂੰ ਸੁਣੋਗੇ ਡਿਟੇਲ ਦੇ ਵਿੱਚ ਸੁਣੋਗੇ ਤੁਹਾਨੂੰ ਸਮਝ ਆਊਗਾ ਹੌਲੀ ਕਰਕੇ ਸੁਣੋ ਧਿਆਨ ਨਾਲ ਤੇ ਇੱਕ ਦੋ ਚੀਜ਼ਾਂ ਚੋਂ ਕੰਮ ਦੀਆਂ ਫੜੀਆਂ ਗਈਆਂ ਗੱਲ ਬਣ ਜਾਣੀਆਂ ਤੇ ਅੱਜ ਦੇ ਲਈ ਇੰਨਾ ਹੀ ਆ ਮੈਨੂੰ ਲੱਗਦਾ ਵੀ ਤੁਹਾਨੂੰ ਐਪੀਸੋਡ ਪਸੰਦ ਆਉਂਦੇ ਹੋਣਗੇ ਫੀਡਬੈਕ ਕਮੈਂਟ ਲਾਈਕ ਸ਼ੇਅਰ ਸਬਸਕ੍ਰਾਈਬ ਸਾਰਾ ਕੁਝ ਆਪ ਹੀ ਕਰਦੇ ਰਹੋ ਬਾਈ ਜੀ ਤੇ ਪਿੰਡ ਪਿੰਡ ਪਹੁੰਚਾਉਣਾ ਆਪਾਂ ਨੂੰ ਹਨਾ ਤੇ ਮੈਂ ਤੁਹਾਨੂੰ ਮਿਲਦਾ ਇੱਕ ਹੋਰ ਐਪੀਸੋਡ ਦੇ ਨਾਲ ਛੇਤੀ